ਅੱਜ ਮੈਂ ਬਣਾਉਣ ਜਾ ਰਹੀ ਹਾਂ ਇੱਕਦਮ ਅਲੱਗ ਤਰੀਕੇ ਨਾਲ ਬਣਨ ਵਾਲਾ ਪਾਲਕ ਦਾ ਬਹੁਤ ਹੀ ਵਧੀਆ ਸਾਗ। ਮੈਨੂੰ ਤਾਂ ਇਹ ਬਹੁਤ ਪਸੰਦ ਹੈ ਅਤੇ ਤੁਹਾਨੂੰ ਵੀ ਬਹੁਤ ਹੀ ਪਸੰਦ ਆਏਗਾ ਅਤੇ ਜਿਹਨੂੰ ਖਾ ਕੇ ਤੁਸੀਂ ਕਹੋਗੇ ਵਾਹ ਮਜ਼ਾ ਹੀ ਆ ਗਿਆ। ਅਤੇ ਵਧੀਆ ਜਿਹਾ ਸਾਗ ਬਣਾਉਣ ਵਾਸਤੇ ਨਾ ਮੈਂ ਇੱਥੇ ਲਈ ਹੈ ਅੱਧਾ ਕਿਲੋ ਪਾਲਕ, ਯਾਨੀ ਕਿ 250-250 ਗ੍ਰਾਮ ਦੀਆਂ ਦੋ ਗੁੱਛੀਆਂ ਸੀ ਜਿਨ੍ਹਾਂ ਨੂੰ ਮੈਂ ਸਾਫ਼ ਕਰਕੇ, ਸਾਫ਼ ਯਾਨੀ ਕਿ ਜਿਹਦੇ ਇਹਦੇ ਹਾਰਡ ਵਾਲੇ ਡੰਠਲ ਸੀ ਨਾ ਉੱਪਰ ਸਖਤ ਸਖਤ ਵਾਲੇ, ਉਹਨਾਂ ਨੂੰ ਤੋੜ ਕੇ ਬਰੀਕ ਬਰੀਕ ਵਾਲੇ ਨਾਲ ਰਹਿਣ ਦਿੱਤੇ ਨੇ ਅਤੇ ਉਸ ਤੋਂ ਬਾਅਦ ਇਹਨੂੰ ਭਾਂਡੇ ਦੇ ਵਿੱਚ ਚੰਗੀ ਤਰ੍ਹਾਂ ਡੋਬ ਕੇ ਧੋ ਕੇ ਅਤੇ ਇਸ ਤਰ੍ਹਾਂ ਦਾ ਬਰੀਕ ਬਰੀਕ ਕੱਟ ਲਿਆ ਹੈ। ਅਤੇ ਜਿਹੜੀਆਂ ਦੋ ਗੁੱਛੀਆਂ ਸੀ 250-250 ਗ੍ਰਾਮ ਦੀਆਂ, ਉਹਨਾਂ ਨੂੰ ਤੋੜਨ ਤੋਂ ਬਾਅਦ ਜੋ ਪਾਲਕ ਬਚੀ ਸੀ ਉਹ ਮੈਂ ਇੱਦਾਂ ਕੱਟ ਕੇ ਰੱਖ ਲਈ ਹੈ। ਅਤੇ ਪਾਲਕ ਦੇ ਵਿੱਚ ਪਾਉਣ ਵਾਸਤੇ ਮੈਂ ਇੱਥੇ ਲਈ ਹੈ 1/4 ਕੱਪ ਇਹ ਮਸਰ ਧੋਤੀ ਹੋਈ ਦਾਲ, ਜਿਹਨੂੰ ਆਪਾਂ ਮਲਕਾ ਕਹਿੰਦੇ ਹਾਂ ਨਾ, ਮਲਕਾ ਮਸਰ, ਉਹ ਵਾਲੀ। ਅਤੇ ਇਹਨੂੰ ਮੈਂ 3-4 ਵਾਰੀ ਚੰਗੀ ਤਰ੍ਹਾਂ ਪਾਣੀ ਬਦਲ ਬਦਲ ਕੇ ਚੰਗੀ ਤਰ੍ਹਾਂ ਧੋ ਲਿਆ ਹੈ। ਅਤੇ ਇਹਨੂੰ ਆਪਾਂ ਪਾਲਕ ਦੇ ਵਿੱਚ ਪਾਉਣਾ ਹੈ। ਇਹ ਔਰੇਂਜੀ ਦਾਲ ਹੁੰਦੀ ਹੈ ਨਾ, ਤੁਸੀਂ ਦੇਖੋ ਇਹ ਵਾਲੀ। ਅਤੇ ਨਾਲ ਹੀ ਇੱਥੇ ਮੈਂ ਲੈ ਰਹੀ ਹਾਂ ਇੱਕ ਮੀਡੀਅਮ ਸਾਈਜ਼ ਦਾ ਬਰੀਕ ਬਰੀਕ ਕੱਟਿਆ ਹੋਇਆ ਆਲੂ। ਆਹ ਛੋਟਾ ਛੋਟਾ ਕੱਟਣਾ ਆਲੂਆਂ ਨੂੰ, ਦੇਖੋ ਇਸ ਤਰ੍ਹਾਂ। ਅਤੇ ਪਾਲਕ ਦਾਲ ਅਤੇ ਆਲੂ ਦੇ ਨਾਲ ਹੀ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਛੋਟਾ ਜਿਹਾ ਬਰੀਕ ਬਰੀਕ ਕੱਟਿਆ ਹੋਇਆ ਇੱਕ ਛੋਟਾ ਜਿਹਾ ਪਿਆਜ਼, ਅਤੇ ਇੱਕ ਵੱਡਾ ਚਮਚ ਭਰ ਕੇ ਲਸਣ ਅਦਰਕ ਅਤੇ ਹਰੀ ਮਿਰਚ ਦਾ ਪੇਸਟ। ਇਹਨੂੰ ਮੈਂ ਦਰਦਰਾ ਪੀਸ ਲਿਆ, ਭਾਵੇਂ ਨੂੰ ਤੁਸੀਂ ਘੁੱਟ ਕੇ ਵੀ ਪਾ ਸਕਦੇ ਹੋ। ਅਤੇ ਪਾਲਕ ਨੂੰ ਪਕਾਉਣ ਵਾਸਤੇ ਨਾ ਮੈਂ ਇੱਥੇ ਲਿਆ ਇੱਕ ਕੁੱਕਰ, ਅਤੇ ਕੁੱਕਰ ਦੇ ਵਿੱਚ ਪਾਉਣ ਲੱਗੀ ਹਾਂ 1/2 ਕੱਪ ਪਾਣੀ। ਵੈਸੇ ਤਾਂ ਪਾਲਕ ਜਿਹੜੀ ਹੈ ਹਰੀ ਸਬਜ਼ੀ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ, ਪਰ ਫਿਰ ਵੀ ਪਾਲਕ ਨੂੰ ਦਾਲ ਆਲੂ ਨੂੰ ਪਕਾਉਣ ਵਾਸਤੇ ਰਿਝਾਉਣ ਵਾਸਤੇ ਪਾਣੀ ਦੀ ਜ਼ਰੂਰਤ ਪਏਗੀ। ਅਤੇ ਜਦੋਂ ਪਾਣੀ ਹਲਕਾ ਜਿਹਾ ਗਰਮ ਹੋ ਜਾਏਗਾ ਨਾ, ਅਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕੱਟੀ ਹੋਈ ਪਾਲਕ। ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਪਾਲਕ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ, ਇਹਦੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਆਇਰਨ ਕਾਫੀ ਹੁੰਦਾ ਹੈ। ਵੈਸੇ ਤਾਂ ਪਾਲਕ ਹਰ ਸੀਜ਼ਨ 'ਚ ਮਿਲਦੀ ਹੈ, ਪਰ ਸਰਦੀਆਂ ਵਿੱਚ ਤਾਂ ਇਹ ਬਹੁਤ ਜ਼ਿਆਦਾ ਮਿਲਣ ਲੱਗ ਪੈਂਦੀ ਹੈ ਮਾਰਕੀਟ ਵਿੱਚ, ਹੋਰ ਵਧੀਆ ਵੀ ਮਿਲਦੀ ਹੈ, ਕੁਆਲਿਟੀ 'ਚ ਵੀ ਵਧੀਆ ਹੁੰਦੀ ਹੈ। ਅਤੇ ਇਸ ਕਰਕੇ ਆਪਾਂ ਨੂੰ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ, ਔਰ ਪਾਲਕ ਨੂੰ ਆਪਾਂ ਕਿਸੇ ਵੀ ਰੂਪ ਵਿੱਚ ਖਾ ਸਕਦੇ ਹਾਂ, ਕਿਸ ਤਰ੍ਹਾਂ ਵੀ ਸੂਪ ਬਣਾ ਕੇ, ਪਰੌਂਠੇ ਬਣਾ ਕੇ, ਸਬਜ਼ੀ ਬਣਾ ਕੇ, ਸਾਗ ਬਣਾ ਕੇ। ਅਤੇ ਮੈਂ ਅੱਜ ਪਾਲਕ ਨੂੰ ਇੱਕ ਨਵੇਂ ਤਰੀਕੇ ਨਾਲ ਬਣਾਉਣ ਲੱਗੀ ਹਾਂ, ਆਲੂ ਅਤੇ ਦਾਲ ਪਾ ਕੇ ਬਹੁਤ ਹੀ ਵਧੀਆ ਬਣਦੀ ਹੈ, ਅਤੇ ਤੁਸੀਂ ਵੀ ਇਸ ਤਰੀਕੇ ਨਾਲ ਇਹਨੂੰ ਜ਼ਰੂਰ ਬਣਾਇਓ। ਆਲੂ ਵੀ ਮੈਂ ਨਾਲ ਹੀ ਪਾ ਦਿੱਤਾ ਪਾਲਕ ਦੇ, ਅਤੇ ਇਹ ਦਾਲ ਵੀ ਨਾਲ ਹੀ ਪਾ ਦੇਣੀ ਹੈ, ਯਾਨੀ ਕਿ ਸਭ ਕੁਝ ਆਪਾਂ ਪਾਲਕ ਦੇ ਨਾਲ ਹੀ ਪਾ ਦੇਣਾ, ਅਤੇ ਪਿਆਜ਼ ਵੀ ਪਾ ਦੇਣਾ, ਅਤੇ ਇਹ ਜਿਹੜਾ ਲਸਣ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਬਣਾਇਆ ਨਾ, ਇਹ ਵੀ ਨਾਲ ਹੀ ਪਾ ਦੇਣਾ। ਇਹਦੇ ਵਿੱਚ ਮੈਂ 2 ਹਰੀਆਂ ਮਿਰਚਾਂ, 3-4 ਲਸਣ ਦੀਆਂ ਕਲੀਆਂ ਅਤੇ 1/2 ਇੰਚ ਅਦਰਕ ਦਾ ਟੁਕੜਾ ਲੈ ਕੇ ਅਤੇ ਇਹਨੂੰ ਪੇਸਟ ਬਣਾ ਲਿਆ। ਅਤੇ 1/4 ਚਮਚ ਪਾਵਾਂਗੇ ਲੂਣ ਦਾ। ਅਤੇ ਪਾਲਕ ਵਿੱਚ ਨਾ ਪਹਿਲਾਂ ਲੂਣ ਘੱਟ ਹੀ ਪਾਉਣਾ ਚਾਹੀਦਾ, ਕਿਉਂਕਿ ਪਾਲਕ ਵਿੱਚ ਕੁਦਰਤੀ ਇਹਦਾ ਜਿਹੜਾ ਸਵਾਦ ਹੈ ਨਾ ਉਹ ਨਮਕੀਨ ਹੀ ਹੁੰਦਾ। ਅਤੇ ਕਦੇ ਵੀ ਤੁਸੀਂ ਧਿਆਨ ਕਰੋ ਕਿ ਜੇ ਜ਼ਿਆਦਾ ਲੂਣ ਪਾ ਦਿਵੋ ਨਾ, ਤਾਂ ਪਾਲਕ ਦੀ ਸਬਜ਼ੀ ਜਾਂ ਪਾਲਕ ਦੀ ਕੋਈ ਵੀ ਚੀਜ਼ ਬਣਾਈਏ ਉਹਦੇ ਵਿੱਚ ਲੂਣ ਜ਼ਿਆਦਾ ਹੋ ਜਾਂਦਾ। ਇਸ ਕਰਕੇ ਥੋੜ੍ਹਾ ਹੀ ਪਾਈਏ ਨਾ ਤਾਂ ਪਹਿਲਾਂ ਠੀਕ ਰਹਿੰਦਾ। ਅਤੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਮੈਂ ਕਰਤਾ ਚੰਗੀ ਤਰ੍ਹਾਂ ਮਿਕਸ, ਅਤੇ ਥੋੜ੍ਹਾ ਜਿਹਾ ਲੂਣ ਬਾਅਦ ਵਿੱਚ ਆਪਾਂ ਤੜਕੇ ਵਿੱਚ ਵੀ ਪਾਵਾਂਗੇ। ਅਤੇ ਹੁਣ ਕੁੱਕਰ ਦਾ ਢੱਕਣ ਲਾ ਕੇ ਇਹਨੂੰ ਕਰਤਾ ਜੀ ਬੰਦ, ਅਤੇ ਗੈਸ ਦੀ ਫੁੱਲ ਫਲੇਮ 'ਤੇ ਨਾ ਇਹਨੂੰ ਆਪਾਂ 3-4 ਸੀਟੀਆਂ ਆਉਣ ਤੱਕ ਪਕਾਉਣਾ। ਅਤੇ ਵੇਖੋ ਜੀ ਇੱਥੇ 4 ਸੀਟੀਆਂ ਆ ਚੁੱਕੀਆਂ ਨੇ, ਅਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ, ਪਰ ਕੁੱਕਰ ਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦੇਣਾ ਜਦ ਤੱਕ ਇਹਦੇ ਵਿੱਚੋਂ ਆਪਣੇ ਆਪ ਸਟੀਮ ਖਤਮ ਨਹੀਂ ਹੋ ਜਾਂਦੀ। ਅਤੇ ਜਦ ਤੱਕ ਕੁੱਕਰ ਦੀ ਸਟੀਮ ਖਤਮ ਹੁੰਦੀ ਹੈ ਨਾ, ਤਦ ਤੱਕ ਆਪਾਂ ਇਹਨੂੰ ਵਧੀਆ ਜਿਹਾ ਤੜਕਾ ਲਾ ਲੈਂਦੇ ਹਾਂ। ਕੁੱਕਰ ਨੂੰ ਰੱਖਦੇ ਹਾਂ ਸਾਈਡ 'ਤੇ, ਅਤੇ ਇਸ ਗੈਸ 'ਤੇ ਰੱਖਦੇ ਹਾਂ ਇੱਕ ਕੜਾਹੀ, ਅਤੇ ਕੜਾਹੀ ਦੇ ਵਿੱਚ ਤੜਕਾ ਲਗਾ ਲੈਂਦੇ ਹਾਂ ਹੁਣ। ਅਤੇ ਕੜਾਹੀ ਵਿੱਚ ਪਾਵਾਂਗੇ 1 ਵੱਡਾ ਚਮਚ ਭਰ ਕੇ ਘਿਓ ਦਾ। ਅਤੇ ਮੈਂ ਅੱਜ ਪਾਲਕ ਨੂੰ ਘਿਓ ਦਾ ਤੜਕਾ ਲਾਉਣ ਲੱਗੀ ਹਾਂ, ਬਹੁਤ ਹੀ ਵਧੀਆ ਸਵਾਦ ਆਉਂਦਾ। ਵੈਸੇ ਤੁਸੀਂ ਇਹਨੂੰ
ਜੇ ਓਇਲ 'ਚ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਬਣਾ ਸਕਦੇ ਹੋ। ਅਤੇ ਘਿਓ ਦੇ ਗਰਮ ਹੁੰਦੇ ਹੀ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ। ਅਤੇ ਜਦੋਂ ਜੀਰਾ ਚੰਗੀ ਤਰ੍ਹਾਂ ਭੁੱਜ ਜਾਏਗਾ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਛੋਟਾ ਜਿਹਾ ਪਿਆਜ਼ ਪਾ ਦਾਂਗੇ, ਬਰੀਕ ਬਰੀਕ ਕੱਟਿਆ ਹੋਇਆ। ਪਿਆਜ਼ ਬਹੁਤ ਜ਼ਿਆਦਾ ਨਹੀਂ ਪਾਉਣਾ ਹੈ ਅਤੇ ਇਸ ਪਿਆਜ਼ ਨੂੰ ਨਾ ਹੁਣ ਆਪਾਂ ਬਰਾਊਨ ਹੋਣ ਤੱਕ ਭੁੰਨ ਲੈਣਾ। ਅਤੇ ਜਦੋਂ ਪਿਆਜ਼ ਥੋੜ੍ਹਾ ਜਿਹਾ ਭੁੱਜ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਆ ਬਰੀਕ ਬਰੀਕ ਕੱਟਿਆ ਹੋਇਆ ਅੱਧਾ ਕੁ ਚਮਚ ਅਦਰਕ ਦਾ। ਵੈਸੇ ਤਾਂ ਆਪਾਂ ਅਦਰਕ ਉਹਦੇ ਵਿੱਚ ਪਾਇਆ ਹੋਇਆ ਪਾਲਕ ਦੀ ਜਿਹਦੇ ਵਿੱਚ, ਪਰ ਤੜਕੇ ਦੇ ਵਿੱਚ ਕੱਟੇ ਹੋਏ ਅਦਰਕ ਦਾ ਸਵਾਦ ਨਾ ਬਹੁਤ ਹੀ ਵਧੀਆ ਆਉਂਦਾ ਹੈ। ਅਤੇ ਹੁਣ ਇਹ ਜਿਹੜਾ ਅਦਰਕ ਪਾਇਆ ਆਪਾਂ ਇਹਨੂੰ ਵੀ ਪਿਆਜ਼ ਦੇ ਨਾਲ ਲਾਈਟ ਬਰਾਊਨ ਜਿਹਾ ਹੋਣ ਤੱਕ ਭੁੰਨ ਲਵਾਂਗੇ। ਅਤੇ ਇੱਥੇ ਵੇਖੋ ਜੀ ਪਿਆਜ਼ ਅਦਰਕ ਭੁੱਜ ਕੇ ਨਾ ਲਾਈਟ ਜਿਹੇ ਬਰਾਊਨ ਕਲਰ ਵਿੱਚ ਆ ਗਏ ਨੇ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਚੌਪ ਕੀਤੇ ਹੋਏ ਦੋ ਛੋਟੇ ਸਾਈਜ਼ ਦੇ ਟਮਾਟਰ। ਜੇ ਟਮਾਟਰ ਵੱਡਾ ਹੋਵੇ ਤਾਂ ਇੱਕ ਹੀ ਲੈ ਸਕਦੇ ਹੋ, ਅਤੇ ਨਾਲੇ ਮੈਂ ਇਹਨਾਂ ਨੂੰ ਚੌਪਰ 'ਚ ਚੌਪ ਕੀਤਾ, ਤੁਸੀਂ ਬਰੀਕ ਬਰੀਕ ਕੱਟ ਕੇ ਵੀ ਪਾ ਸਕਦੇ ਹੋ। ਬਸ ਇਹਨੂੰ ਪੱਕਣ ਤੱਕ ਆਪਾਂ ਭੁੰਨ ਲੈਣਾ। ਅਤੇ ਜਦੋਂ ਟਮਾਟਰ ਚੰਗੀ ਤਰ੍ਹਾਂ ਭੁੱਜ ਜਾਏਗਾ ਪੱਕ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਮਸਾਲੇ ਪਾ ਲਵਾਂਗੇ। ਇਹਨੂੰ ਗੈਸ ਦੀ ਮੀਡੀਅਮ ਫਲੇਮ 'ਤੇ ਆਪਾਂ ਹੁਣ ਪੱਕਣ ਦਿੰਦੇ ਹਾਂ। ਅਤੇ ਵੇਖੋ ਜੀ ਇੱਥੇ ਟਮਾਟਰ ਬਹੁਤ ਹੀ ਵਧੀਆ ਭੁੱਜ ਗਏ ਆ, ਅਤੇ ਭੁੱਜ ਕੇ ਨਾ ਇਹਨੇ ਕਿੰਨਾ ਸੋਹਣਾ ਘਿਓ ਵੀ ਛੱਡ ਦਿੱਤਾ। ਅਤੇ ਜਦੋਂ ਟਮਾਟਰਾਂ ਵਿੱਚੋਂ ਘਿਓ ਵੱਖਰਾ ਹੋ ਜਾਵੇ ਉਦੋਂ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। ਅਤੇ ਹੁਣ ਮੈਂ ਪਾਉਣ ਲੱਗੀ ਹਾਂ ਇਹਦੇ ਵਿੱਚ ਥੋੜ੍ਹੇ ਜਿਹੇ ਮਸਾਲੇ। ਬਸ ਇਹ ਥੋੜ੍ਹਾ ਜਿਹਾ ਨਮਕ ਪਾਵਾਂਗੀ ਚਮਚ 'ਤੇ ਚੜ੍ਹਾ ਕੇ, ਕਿਉਂਕਿ ਨਮਕ ਆਪਾਂ ਪਹਿਲਾਂ ਪਾਲਕ ਵਿੱਚ ਪਾਇਆ ਹੋਇਆ। ਅਤੇ ਜੇ ਲੋੜ ਪਏਗੀ ਨਾ ਤਾਂ ਟੇਸਟ ਕਰਕੇ ਆਪਾਂ ਹੋਰ ਪਾ ਸਕਦੇ ਹਾਂ। ਅਤੇ ਚੌਥਾ ਕੁ ਚਮਚ ਹਲਦੀ, ਅਤੇ ਨਾਲ ਹੀ ਇਹਦੇ ਵਿੱਚ ਅੱਧਾ ਕੁ ਚਮਚ ਪਾਵਾਂਗੇ ਦੇਗੀ ਮਿਰਚਾਂ ਦਾ, ਜਿਹਨਾਂ ਨਾਲ ਰੰਗ ਬਹੁਤ ਹੀ ਵਧੀਆ ਆਉਂਦਾ ਹੈ। ਦੂਜੀ ਵਾਲੀ ਲਾਲ ਮਿਰਚ ਮੈਂ ਇਹਦੇ ਵਿੱਚ ਨਹੀਂ ਪਾ ਰਹੀ ਹਾਂ ਕਿਉਂਕਿ ਹਰੀਆਂ ਮਿਰਚਾਂ ਆਪਾਂ ਪਾਈਆਂ ਹੋਈਆਂ ਨੇ। ਅਤੇ ਹੁਣ ਨਾ ਮੈਂ ਇਹਦੇ ਵਿੱਚ ਪਾਉਣ ਲੱਗੀ ਹਾਂ ਅੱਧਾ ਚਮਚ ਕਿਚਨ ਕਿੰਗ। ਅਤੇ ਕਿਚਨ ਕਿੰਗ ਇਹਦੇ ਵਿੱਚ ਜ਼ਰੂਰ ਪਾਇਓ, ਨਾ ਮੈਂ ਇਹਦੇ ਵਿੱਚ ਗਰਮ ਮਸਾਲਾ ਪਾਉਣਾ ਹੈ ਅਤੇ ਨਾ ਹੀ ਪਾਉਣਾ ਧਨੀਆ ਪਾਊਡਰ ਜੀਰਾ ਪਾਊਡਰ ਵਗੈਰਾ, ਬਸ ਕਿਚਨ ਕਿੰਗ ਜ਼ਰੂਰ ਪਾਇਆ ਹੈ ਅਤੇ ਉਹਨੂੰ ਤੁਸੀਂ ਵੀ ਜ਼ਰੂਰ ਪਾਇਓ। ਇਹਦੇ ਨਾਲ ਜਿਹੜਾ ਸਵਾਦ ਹੈ ਨਾ ਪਾਲਕ ਦਾ ਇੱਕਦਮ ਲਾਜਵਾਬ ਬਣੇਗਾ, ਅਲਟੀਮੇਟ ਬਹੁਤ ਹੀ ਵਧੀਆ। ਅਤੇ ਬਸ ਹੁਣ ਇਹ ਮਸਾਲਿਆਂ ਨੂੰ ਮੈਂ ਕੁਛ ਕੁ ਸੈਕਿੰਡਸ ਭੁੰਨ ਲਿਆ ਤਾਂ ਕਿ ਹਲਦੀ ਦਾ ਕੱਚਾ ਜਿਹਾ ਸਵਾਦ ਨਾ ਆਵੇ, ਭੁੱਜ ਜਾਣ। ਗੈਸ ਦੀ ਫਲੇਮ ਨੂੰ ਨਾ ਮਸਾਲੇ ਪਾਉਣ ਲੱਗਿਆਂ ਸਿਮ ਕਰ ਲਈਦਾ, ਫਿਰ ਮਸਾਲੇ ਜਿਹੜੇ ਨੇ ਸੜਦੇ ਨਹੀਂ ਹੈ। ਅਤੇ ਮਸਾਲੇ ਸਾਡੇ ਸੜਨ ਨਾ, ਇਸ ਕਰਕੇ ਇਹਦੇ ਵਿੱਚ ਚੌਥਾ ਕੁ ਕੱਪ ਮੈਂ ਪਾਣੀ ਦਾ ਪਾਉਣ ਲੱਗੀ ਹਾਂ। ਅਤੇ ਬਸ ਹੁਣ ਮਸਾਲਿਆਂ ਨੂੰ ਨਾ ਪਾਣੀ ਦੇ ਨਾਲ ਪੱਕਣ ਦੇਵਾਂਗੇ। ਅਤੇ ਜਦ ਤੱਕ ਆਪਾਂ ਕੁੱਕਰ ਖੋਲ੍ਹ ਕੇ ਦੇਖਦੇ ਹਾਂ, ਹੁਣ ਤੱਕ ਤਾਂ ਇਹਦੀ ਸਟੀਮ ਵੀ ਖਤਮ ਹੋ ਗਈ ਹੋਣੀ ਹੈ। ਅਤੇ ਸਾਡਾ ਤੜਕਾ ਤਿਆਰ ਹੈ ਜੀ ਬਿਲਕੁਲ। ਕੁੱਕਰ ਦੀ ਸਟੀਮ ਖਤਮ ਹੋ ਚੁੱਕੀ ਹੈ ਅਤੇ ਹੁਣ ਆਪਾਂ ਢੱਕਣ ਖੋਲ੍ਹ ਕੇ ਚੈੱਕ ਕਰ ਲੈਂਦੇ ਹਾਂ, ਤਾਂ ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਆਹ ਵੇਖੋ ਜੀ ਇੱਥੇ ਆਲੂ, ਦਾਲ, ਪਾਲਕ ਸਭ ਵਧੀਆ ਪੱਕ ਚੁੱਕੇ ਨੇ। ਆਹ ਵੇਖੋ ਜੀ ਹੈ ਨਾ ਵਧੀਆ ਪੱਕ ਚੁੱਕੇ ਨੇ। ਹੁਣ ਆਪਾਂ ਕੀ ਕਰਨਾ, ਇਹਨਾਂ ਨੂੰ ਕਰਨਾ ਹੈ ਚੰਗੀ ਤਰ੍ਹਾਂ ਮਿਕਸ। ਜਿਵੇਂ ਆਪਾਂ ਸਾਗ ਨੂੰ ਘੋਟਦੇ ਹਾਂ ਨਾ ਉਸ ਤਰ੍ਹਾਂ ਹੀ ਇਹਨੂੰ ਵੀ ਘੋਟਾਂਗੇ। ਪਹਿਲਾਂ ਤਾਂ ਕੜਛੀ ਨਾਲ ਕਰ ਲਵਾਂਗੇ ਮੈਸ਼ ਜਿਹਾ, ਕੜਛੀ ਨਾਲ, ਬਲੈਂਡਰ ਨਾਲ, ਘੋਟਣੇ ਨਾਲ, ਕਿਸੇ ਨਾਲ ਵੀ ਕਰ ਲਈਏ ਅਤੇ ਭਾਵੇਂ ਮਧਾਣੀ ਨਾਲ ਕਰ ਲਈਏ, ਬਹੁਤ ਹੀ ਵਧੀਆ ਮੈਸ਼ ਹੋ ਜਾਂਦਾ ਹੈ ਮਧਾਣੀ ਨਾਲ ਵੀ, ਕਿਉਂਕਿ ਪਾਲਕ ਪੱਕ ਕੇ ਇੱਕਦਮ ਸੌਫਟ ਹੋ ਗਈ ਹੈ ਸਬਜ਼ੀ ਵੀ ਸਾਰੀ, ਮਤਲਬ ਦਾਲ ਔਰ ਆਲੂ ਵੀ। ਅਤੇ ਬਸ ਇਹਨਾਂ ਨੂੰ ਹੁਣ ਆਪਾਂ ਮੈਸ਼ ਕਰ ਲੈਣਾ, ਘੋਟ ਲੈਣਾ, ਮਤਲਬ ਕਿ ਇਹ ਪਾਲਕ ਦਾ ਜਿਹੜਾ ਸਾਗ ਹੈ ਨਾ ਬਹੁਤ ਹੀ ਸਵਾਦ ਬਣਦਾ ਹੈ। ਅਤੇ ਇੱਕ ਵਾਰੀ ਤੁਸੀਂ ਜ਼ਰੂਰ ਆਪਣੇ ਘਰ ਇਹਨੂੰ ਬਣਾਇਓ ਅਤੇ ਬਣਾ ਕੇ ਖਾਇਓ, ਅਤੇ ਨਾਲੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ।
ਇਹਨੂੰ ਭਾਵੇਂ ਤੁਸੀਂ ਪਰੌਂਠਿਆਂ ਨਾਲ ਖਾਓ ਅਤੇ ਭਾਵੇਂ ਮੱਕੀ ਦੀ ਰੋਟੀ ਨਾਲ ਖਾਓ, ਇਹ ਸਾਰਿਆਂ ਨਾਲ ਹੀ ਬਹੁਤ ਸਵਾਦ ਲੱਗਦਾ। ਇਹਨੂੰ ਤੁਸੀਂ ਹੈਂਡ ਬਲੈਂਡਰ ਨਾਲ ਵੀ ਘੋਟ ਸਕਦੇ ਹੋ। ਅਤੇ ਵੇਖੋ ਜੀ, ਪਾਲਕ ਜਿਹੜੀ ਹੈ ਵਧੀਆ ਘੁੱਟ ਗਈ ਹੈ। ਦਾਲ, ਪਾਲਕ, ਆਲੂ ਸਭ ਮਿਕਸ ਹੋ ਗਏ ਨੇ। ਅਤੇ ਘੋਟਣ ਤੋਂ ਬਾਅਦ ਨਾ ਆਪਾਂ ਪਾਲਕ ਨੂੰ ਇਸ ਤਰ੍ਹਾਂ ਦਾ ਰੱਖਣਾ ਹੈ ਕਿ ਪਾਲਕ ਪੂਰੀ ਦਿਖਣੀ ਚਾਹੀਦੀ ਹੈ। ਇੱਕਦਮ ਇਹਨਾਂ ਨੂੰ ਬਰੀਕ ਕਰਕੇ ਉਹ ਨਹੀਂ ਬਣਾ ਲੈਣਾ ਪੇਸਟ ਜਿਹਾ। ਅਤੇ ਭਾਵੇਂ ਅਸੀਂ ਕਿਹਦੀ ਵੀ ਚੀਜ਼ ਨਾਲ ਘੋਟੀਏ, ਬਸ ਇਸ ਤਰ੍ਹਾਂ ਦੀ ਹੀ ਦਿਖਣੀ ਚਾਹੀਦੀ ਹੈ। ਆਹ ਵੇਖੋ ਜੀ, ਬਿਲਕੁਲ ਪਤਲੀ ਜੀ ਨਹੀਂ ਕਰਨੀ ਪੇਸਟ ਵਾਂਗੂ। ਇਹਨੂੰ ਅਜੇ ਆਪਾਂ ਹੋਰ ਰਿਝਾਵਾਂਗੇ ਨਾ ਅਤੇ ਹੋਰ ਮਿਕਸ ਹੋ ਜਾਏਗੀ ਤੜਕਾ ਪਾ ਕੇ ਜਦੋਂ, ਠੀਕ ਹੈ। ਅਤੇ ਹੁਣ ਇਸ ਪਾਲਕ ਨੂੰ ਆਪਾਂ ਇਸ ਤਿਆਰ ਤੜਕੇ ਦੇ ਵਿੱਚ ਪਾ ਦੇਵਾਂਗੇ। ਦੇਖੋ ਬਹੁਤ ਹੀ ਛੇਤੀ ਬਣ ਗਈ ਨਾ ਸਬਜ਼ੀ, ਪਾਲਕ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ। ਅਤੇ ਇਹਨੂੰ ਹੁਣ ਆਪਾਂ ਮਿਕਸ ਕਰ ਦੇਣਾ ਤੜਕੇ ਦੇ ਵਿੱਚ। ਅਤੇ ਤੜਕੇ ਦੇ ਵਿੱਚ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਇਹਨੂੰ ਹਜੇ ਆਪਾਂ ਮਿਕਸ ਕਰਨਾ ਪਹਿਲਾਂ। ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਨਾ ਉਦੋਂ ਆਪਾਂ ਹਜੇ ਇਹਨੂੰ 2 ਕੁ ਮਿੰਟ ਹੋਰ ਰਿੰਨਾਂਗੇ ਤਾਂ ਕਿ ਚੰਗੀ ਤਰ੍ਹਾਂ ਤੜਕਾ, ਪਾਲਕ, ਦਾਲ ਸਭ ਅੱਛੇ ਨਾਲ ਮਿਕਸ ਤਾਂ ਹੋਏ ਹੋਏ ਨੇ ਪਰ ਅੱਛੀ ਤਰ੍ਹਾਂ ਇਹਨਾਂ ਦੇ ਵਿੱਚ ਨਮਕ ਮਿਰਚ ਮਸਾਲੇ ਰਸ ਮਿਸ ਜਾਣਗੇ। ਅਤੇ ਵੇਖੋ ਜੀ, ਪਾਲਕ ਵਧੀਆ ਰਿੱਝਣ ਲੱਗ ਪਈ ਨਾ ਫਿਰ ਤੋਂ। ਅਤੇ ਹੁਣ ਆਪਾਂ ਇਹਨੂੰ ਢੱਕ ਦਿੰਦੇ ਹਾਂ ਅਤੇ ਢੱਕ ਕੇ ਇਹਨੂੰ ਸਿਮ ਫਲੇਮ 'ਤੇ 2 ਕੁ ਮਿੰਟ ਤੱਕ ਪਕਾ ਲਵਾਂਗੇ। ਅਤੇ ਇੱਥੇ ਹੁਣ 2 ਤੋਂ 3 ਮਿੰਟ ਰਿੰਨਣ ਤੋਂ ਬਾਅਦ ਹੁਣ ਇਹ ਸਾਡਾ ਬਹੁਤ ਹੀ ਵਧੀਆ ਜਿਹਾ ਪਾਲਕ ਦਾ ਸਾਗ ਤਿਆਰ ਹੈ। ਇਹਦੀ ਕੰਸਿਸਟੈਂਸੀ ਦੇਖੋ ਇੱਕਦਮ ਪਰਫੈਕਟ ਹੈ ਅਤੇ ਜਿੰਨਾ ਵੇਖਣ 'ਚ ਸੋਹਣਾ ਲੱਗਦਾ ਪਿਆ ਨਾ ਉਨਾ ਹੀ ਖਾਣ 'ਚ ਵੀ ਬਹੁਤ ਹੀ ਸਵਾਦ ਹੁੰਦਾ ਹੈ। ਅਤੇ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਅਤੇ ਨਾਲੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਿਪੀ ਕਿੱਦਾਂ ਦੀ ਲੱਗੀ ਹੈ, ਹੈ ਨਾ। ਅਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਔਫ ਕਰ ਦੇਵਾਂਗੇ ਅਤੇ ਸਾਡਾ ਵਧੀਆ ਜਿਹਾ ਪਾਲਕ ਦਾ ਸਾਗ ਹੈ ਤਿਆਰ। ਅਤੇ ਗਰਮ ਗਰਮ ਹੈਲਦੀ ਪਾਲਕ ਦੇ ਸਾਗ ਨੂੰ ਭਾਵੇਂ ਪ੍ਰਸ਼ਾਦਿਆਂ ਨਾਲ ਖਾਓ ਭਾਵੇਂ ਪਰੌਂਠਿਆਂ ਨਾਲ ਖਾਓ, ਬਹੁਤ ਹੀ ਸਵਾਦ ਲੱਗਦਾ ਹੈ। ਇਹਨੂੰ ਨਾ ਭਾਵੇਂ ਤੁਸੀਂ ਡਿਨਰ 'ਚ ਬਣਾਓ ਭਾਵੇਂ ਲੰਚ ਵਿੱਚ ਬਣਾਓ, ਇਹ ਦੋਨੋਂ ਟਾਈਮ ਹੀ ਬਹੁਤ ਸਵਾਦ ਲੱਗਦਾ ਹੈ। ਅਤੇ ਭਾਵੇਂ ਇਹਨੂੰ ਤੁਸੀਂ ਬ੍ਰੇਕਫਾਸਟ ਵਿੱਚ ਪਰੌਂਠਿਆਂ ਨਾਲ ਖਾਓਗੇ ਨਾ ਜੇ ਫਿਰ ਤਾਂ ਮਜ਼ਾ ਹੀ ਆ ਜਾਏਗਾ, ਬਹੁਤ ਹੀ ਸਵਾਦ ਲੱਗੇਗਾ। ਅਤੇ ਗਰਮ ਗਰਮ ਸਾਗ ਦੇ ਵਿੱਚ ਭਾਵੇਂ ਉੱਪਰੋਂ ਦੀ ਪਾਓ ਘਿਓ ਅਤੇ ਭਾਵੇਂ ਪਾਓ ਘਰ ਦਾ ਬਣਿਆ ਹੋਇਆ ਤਾਜ਼ਾ ਤਾਜ਼ਾ ਮੱਖਣ। ਅਤੇ ਘਰ ਦੇ ਬਣੇ ਮੱਖਣ ਦੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਨਾ, ਬਹੁਤ ਹੀ ਸਵਾਦ ਲੱਗਦਾ ਹੈ। ਅਤੇ ਜੋ ਜੀ ਕਰਦਾ ਉਹ ਪਾ ਕੇ ਖਾਓ।